झुंडात बंदन अनेक बार सर्व कला समरथ मारे आ
सारा कुछ दिता भी था उसे ने सी है। जदों मैनू ने संसार ते भेजिया मैं दुनिया विच आया सब तो पहला मैनू ने बोलन दी शक्ति दी जिन्हों मैं रोना आख्या जे बच्चा जन्म लेंदिया रोवे नाम दाई नू करदिया नू फिकर पै जांदा है उंदा जन्म दे नाल ही रोना जरूरी आवाज होनी चाहिए। बोलन दी शक्ति उन्हें दे के भेजी जन्म दे नाल बोलना फिर समझना
ਮਾਂ ਦੀ ਛੋੜ ਨੂੰ ਦੂਜੀ ਬਰਕਤ ਸ਼ਕਤੀ ਨਾਲ ਦਿੱਤੀ ਸੋਝੀ। ਗੁਰੂ ਨੇ ਆਖਿਆ ਸੁਰਤ ਮਤ ਚਤਰਾਈ ਤੇਰੀ, ਸਭ ਕੁਝ ਤੂੰ ਦਿੱਤਾ, ਤੂੰ ਜਣਾਏ ਜਾਣਾ ਰਾਮ, ਤੂੰ ਮੈਨੂੰ ਜਾਣਨ ਦੀ ਸ਼ਕਤੀ ਦਿੱਤੀ ਤਾਂ ਹੀ ਮੈਂ ਕੁਝ ਜਾਣ ਸਕਣਾ, ਤੇ ਫਿਰ ਤੂੰ ਮੈਨੂੰ ਸੁਣਨ ਦੀ ਸ਼ਕਤੀ ਦਿੱਤੀ, ਮੈਂ ਆਵਾਜ਼ ਸੁਣਨਾ, ਤੇ ਜ਼ਰਾ ਹੋਰ ਵੱਡਾ ਹੋਇਆ ਫਿਰ ਮੈਨੂੰ ਮੇਰੀਆਂ ਪੈਰਾਂ ਵਿੱਚ ਲੱਤਾਂ ਵਿੱਚ ਤੂੰ ਤਾਕਤ ਦੇ ਦਿੱਤੀ, ਮੈਂ ਚੱਲ ਪਿਆ, ਤੇ ਲੱਤਾਂ ਵਿੱਚ ਇੰਨੀ ਤਾਕਤ ਆਈ, ਪੈਰਾਂ ਵਿੱਚ ਇੰਨੀ ਸ਼ਕਤੀ ਆਈ, ਸਾਰੀ ਜ਼ਿੰਦਗੀ ਚੱਲਦਾ ਹੀ ਰਿਹਾ ਪਹਾੜਾਂ 'ਤੇ ਕੰਧਰਾਂ ਵਿੱਚ, ਇੰਨੀ ਨਿੱਕੀ ਜੰਗੀ ਹੈ ਥਲ ਡੂਗਰ ਭਵਿਓ, ਡੂੰਘਾਈਆਂ ਵਿੱਚ ਥਲਾਂ ਵਿੱਚ ਅਤੇ ਪਹਾੜਾਂ ਦੀਆਂ ਚੋਟੀਆਂ 'ਤੇ ਮੈਂ ਚੜ੍ਹਿਆ, ਇਹ ਸਾਰਾ ਕੁਛ ਤੂੰ ਹੀ ਤਾਂ ਦਿੱਤਾ। ਕਿਹੜੀ ਅਜੀਬ ਗੱਲ ਹੈ, ਅੱਜ ਗੁਰੂ ਨੇ ਇੱਕ ਐਸਾ ਬਾਣ ਮਾਰਿਆ, ਮੇਰਾ ਬੋਲਣਾ ਗੂੰਗਾ ਹੋ ਗਿਆ, ਕਿ ਰੱਬ ਦੀ ਦੇਣ ਦੇ ਉਲਟ ਕੁਝ ਕੀਤਾ ਗੁਰੂ ਨੇ, ਬਿਲਕੁਲ ਨਹੀਂ, ਇਹ ਵੀ ਨਹੀਂ ਹੋ ਸਕਦਾ। ਉਹਨੇ ਸਭ ਬੋਲਣ ਦੀ ਸ਼ਕਤੀ ਦਿੱਤੀ, ਉਹਨੇ ਸੁਣਨ ਦੀ ਸ਼ਕਤੀ ਦਿੱਤੀ, ਉਹਨੇ ਸਮਝਣ ਦੀ ਸੁਰਤ ਸ਼ਕਤੀ ਦਿੱਤੀ, ਚੱਲਣ ਦੀ ਪੈਰਾਂ ਨੂੰ ਸ਼ਕਤੀ ਦਿੱਤੀ। ਕਿੱਡੀ ਅਜੀਬ ਗੱਲ ਹੈ, ਗੁਰੂ ਨੇ ਇੱਕ ਬਾਣ ਮਾਰਿਆ ਅਤੇ ਮੈਂ ਗੂੰਗਾ ਹੋ ਗਿਆ। ਬੋਲਣ ਦੀ ਸ਼ਕਤੀ ਗਈ, ਬਾਵਰਾ ਹੋ ਗਿਆ, ਸਮਝਣ ਦੀ ਸੁਰਤ ਦੀ ਸ਼ਕਤੀ ਗਈ, ਗੂੰਗਾ ਹੋਊਗਾ ਬਾਵਰਾ, ਬਹਿਰਾ ਹੋਊਗਾ ਕਾਨ, ਉਸੇ ਤੀਰ ਨਾਲ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਚਲੀ ਗਈ, ਬਹਿਰਾ ਹੋ ਗਿਆ, ਬਹਿਰਾ ਦਾ ਮਤਲਬ ਬੋਲਾ, ਬਹਿਰਾ ਹੋ ਗਿਆ। ਅੱਡੀ ਅਜੀਬ ਗੱਲ ਹੈ, ਜਿਸ ਲੱਤਾਂ ਵਿੱਚ ਇੰਨੀ ਤਾਕਤ ਸੀ ਕਿ ਮੈਂ ਥਲ ਡੂਗਰ ਭਵਿਆਮ, ਉਹ ਪਿੰਗਲਾ ਹੋ ਗਿਆ, ਪਾਵੋਂ 'ਤੇ ਪਿੰਗਲ ਭਇਆ, ਹੈ ਤੂੰ ਇੰਨੀਆਂ ਚੀਜ਼ਾਂ ਦਿੱਤੀਆਂ, ਅਤੇ ਗੁਰੂ ਨੇ ਇੱਕ ਤੀਰ ਨਾਲ ਇੰਨੀਆਂ ਚੀਜ਼ਾਂ ਖਤਮ ਕਰ ਦਿੱਤੀਆਂ। ਕਬੀਰ ਗੂੰਗਾ ਹੋਊਗਾ ਬਾਬਰਾ, ਬਹਿਰਾ ਹੋਊਗਾ ਕਾਨ, ਪਾਵੋਂ 'ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ, ਸਤਿਗੁਰੂ ਨੇ ਬਾਣ ਦਿੱਤਾ। ਹੁਣ ਸਵਾਲ ਇਹ ਪੈਦਾ ਹੋਇਆ ਕਿ ਕਿਉਂ ਰੱਬ ਨੇ ਬੋਲਣ ਦੀ ਸ਼ਕਤੀ ਦਿੱਤੀ ਸੀ, ਗੁਰੂ ਨੇ ਆਖਿਆ ਮੇਰੀ ਮਜਬੂਰੀ ਹੈ, ਮੈਂ ਤਾਂ ਤੇਰਾ ਭਲਾ ਹੀ ਲੋੜ ਰਿਹਾ, ਰੱਬ ਨੇ ਤੈਨੂੰ ਬੋਲਣ ਦੀ ਸ਼ਕਤੀ ਦਿੱਤੀ ਸੀ ਪਰ ਤੂੰ ਉਸ ਜ਼ਬਾਨ ਉਹਨਾਂ ਬੋਲਾਂ ਵਿੱਚ ਝੂਠ ਲੈ ਆਉਂਦਾ, ਬੋਲੇ ਕੌੜ ਕੌੜਾ ਸਾਕਤ, ਬੋਲੇ ਕੂੜ ਸਾਕਤ ਮੁਖ ਕੌੜਾ, ਉਹਨੇ ਤੈਨੂੰ ਸੁਰਤ ਦੀ ਸ਼ਕਤੀ ਦਿੱਤੀ ਸੀ, ਤੂੰ ਗਿਆਨ ਛੱਡ ਦਿੱਤਾ, ਸੁਰਤ ਛੱਡ ਦਿੱਤੀ, ਸੋਚਣਾ ਛੱਡ ਦਿੱਤਾ, ਉਹਨੇ ਤੈਨੂੰ ਸੁਣਨ ਦੀ ਸ਼ਕਤੀ ਦਿੱਤੀ ਸੀ, ਤੇ ਅਖੀਰ ਨੂੰ ਉਹ ਸਮਾਂ ਆਇਆ ਗੁਰੂ ਨੂੰ ਆਖਣਾ ਪਿਆ ਕਿ ਆ ਸੁਣਨ ਦੋ ਕੂੜ ਕੁਰਬਾਨੀ, ਕਿਆ ਸੁਣਨ ਦੋ ਕੂੜ, ਪੰਜਨ ਪਵਨ ਜੁਲਾਰਿਆ, ਨਾਨਕ ਸੁਣੀਏ ਤੇ ਪ੍ਰਵਾਨ, ਜੋ ਸੁਣਨ ਦੋ ਸੱਚ ਦਨੀ, ਇਹ ਸਰਵ ਨੂੰ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ ਦਿੱਤੇ ਤਾਂ ਇਸ ਲਈ ਸਨ, ਤੇ ਤੂੰ ਝੂਠ ਦੇ ਗੀਤ ਸੁਣਨੇ ਸ਼ੁਰੂ ਕਰ ਦਿੱਤੇ, ਗੁਰੂ ਨੇ ਤੈਨੂੰ ਆਵਾਜ਼ਾਂ ਦਿੱਤੀਆਂ, ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਸਾਡੇ ਅਰਦਾਸ ਵੀ ਕੀਤੀ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ,
ਕਿਤੇ ਐਸਾ ਨਾ ਹੋਵੇ ਕਿ ਸਰਵਣ ਝੂਠ ਸੁਣਨ ਲੱਗ ਪੈਣ ਅਤੇ ਗੁਰੂ ਨੂੰ ਤੀਰ ਮਾਰ ਕੇ ਸਰੋਂ ਨੇ ਬਹਿਰੇ ਕਰਨੇ ਪੈਣ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਣ ਗਾਵਤ ਬੋਲਤ ਬੋਲ ਅਜਾਏ। ਉਹ ਅਜਾਏ ਬੋਲ ਤੂੰ ਸੁਣਨੇ ਸ਼ੁਰੂ ਕਰ ਦਿੱਤੇ। ਮਾਲਕ ਨੇ ਤੇਰੇ ਪੈਰਾਂ ਵਿੱਚ ਸ਼ਕਤੀ ਦਿੱਤੀ ਸੀ ਤੂੰ ਚੱਲ ਕੇ ਚੰਗੇ ਪਾਸੇ ਗੁਰਮੁਖਾਂ ਦੀ ਸਤਸੰਗਤ ਵਿੱਚ ਜਾਵੇਂ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਭਾਈ ਗੁਰਦਾਸ ਜੀ ਨੇ ਵੀ ਆਖਿਆ। ਕਹਿੰਦੇ ਨੇ ਪੈਰ ਤਾਂ ਹੀ ਸਕਾਰਥ ਨੇ ਨਿਤ ਚੱਲ ਚੱਲ ਜਾਂਦੇ, ਸਤਸੰਗਤ ਨਿਤ ਚੱਲ ਚੱਲ ਜਾਂਦੇ, ਪਰ ਤੂੰ ਇਹਨਾਂ ਪੈਰਾਂ ਨਾਲ ਤੁਰਿਆ ਬਹੁਤ ਹੈ, ਤੇਰੇ ਤੁਰਨ ਦੀ ਸ਼ਕਤੀ ਨਹੀਂ ਘਟੀ, ਪਰ ਤੇਰੀ ਦਿਸ਼ਾ ਕੁਸੰਗਤ ਨੇ ਬਦਲ ਦਿੱਤੀ। ਤੇਰੀ ਉਹ ਤੁਰਨ ਦੀ ਸ਼ਕਤੀ ਮਾਨੋ ਇੱਕ ਬਲਦ ਵਾਂਗੂ ਹੋ ਗਈ। ਭਾਈ ਸਤਿਗੁਰੂ ਨੇ ਬਾਣੀ ਅੰਦਰ ਇੱਕ ਬੜੀ ਸੁੰਦਰ ਐਗਜ਼ਾਮਪਲ ਦਿੱਤੀ। ਕਹਿੰਦੇ ਨੇ ਬਲਦ ਦੀ ਕੀ ਹਾਲਤ ਹੈ, ਤਾਵਤ ਕੋ ਤਾਵੇਂ ਬਹੁ ਬਹਤੀ, ਉਹ ਤਾਂ ਹੁੰਦਾ ਤੁਰਦਾ, ਸਵੇਰ ਤੁਰਿਆ ਕਿ ਸ਼ਾਮ ਤੱਕ ਤੁਰਿਆ ਰਹਿੰਦਾ ਕੋਹਲੂ ਦੇ ਦੁਆਲੇ। ਤਾਵਤ ਕੋ ਧਾਵੇ ਬਹੁ ਭਾਤੀ ਜੋ ਤੇਲੀ ਬਲਦ ਭਰਮਾਇਓ। ਗੁਰਬਾਣੀ ਤੇਲੀ ਬਲਦ ਨੂੰ ਐਸਾ ਭਰਮ ਵਿੱਚ ਪਾਉਂਦਾ ਵੀ ਉਹ ਤੁਰਿਆ ਤਾਂ ਰਹਿੰਦਾ, ਉਹ ਸਮਝਦਾ ਮੈਂ ਬੜਾ ਤੁਰ ਲਿਆ, ਬੜੀ ਮੰਜ਼ਿਲ ਤੈਅ ਕਰ ਲਈ ਹੈ, ਪਰ ਹੁੰਦਾ ਉਸੇ ਹੀ ਕੋਹਲੂ ਦੇ ਦੁਆਲੇ ਹੈ। ਕਿਸੇ ਨੇ ਬੜੀ ਖੂਬਸੂਰਤ ਜੋ ਕਿਤਾਬ 'ਤੇ ਲਿਖਿਆ, ਉਹ ਕਹਿੰਦਾ ਤੇਲੀ ਦੇ ਕੋਲ ਕੋਈ ਗਿਆਨਵਾਨ ਪੁਰਸ਼ ਗਿਆਨੀ ਚਲਾ ਗਿਆ, ਉਹ ਤੇਲੀ ਦੇ ਘਰ ਗਿਆ, ਉਹਨੇ ਵੇਖਿਆ ਬਲਦ ਕੋਹਲੂ ਦੇ ਦੁਆਲੇ ਪਿਆ ਘੁੰਮਦਾ, ਅਤੇ ਦੇਖ ਦੇਖ ਕੇ ਸੋਚ ਸੋਚ ਕੇ ਉਹਨੇ ਇੱਕ ਸਵਾਲ ਕੀਤਾ ਤੇਲੀ 'ਤੇ, ਕਹਿੰਦਾ ਕਿ ਬਾਕੀ ਤਾਂ ਸਰੀਆਂ ਸਾਰੀਆਂ ਚੀਜ਼ਾਂ ਦੇ, ਪਰ ਤੂੰ ਆ ਬਲਦ ਦੀਆਂ ਅੱਖਾਂ 'ਤੇ ਖੋਪੇ ਕਿਉਂ ਲਾ ਦਿੱਤੇ ਨੇ, ਖੋਪੇ ਕਿਉਂ ਲਾ ਦਿੱਤੇ ਨੇ? ਉਹ ਕਹਿੰਦਾ ਇਸ ਲਈ ਤਾਂ ਕਿ ਜੇ ਮੈਂ ਕੋਲ ਨਾ ਵੀ ਹੋਵਾਂ ਤਾਂ ਇਹਨੂੰ ਪਤਾ ਹੀ ਨਾ ਲੱਗੇ, ਇਹ ਤੁਰਦਾ ਰਹੇ। ਮੈਂ ਨਾ ਵੀ ਕੋਲ ਹੋਵਾਂ ਤਾਂ ਇਹਨੂੰ ਫਿਕਰ ਰਹੇ ਮੇਰੇ ਮਗਰ, ਮਾਲਕ ਤੇਲੀ ਹੈ ਸੋਟੀ ਲੈ ਕੇ ਫਿਰਦਾ, ਉਹਨੂੰ ਪਤਾ ਹੀ ਨਾ ਲੱਗੇ ਮੈਂ ਨਹੀਂ ਹਾਂ। ਅਤੇ ਕਹਿਣ ਲੱਗਾ ਇੱਕ ਮੈਂ ਹੋਰ ਚੀਜ਼ ਦੇਖਿਆ, ਤੂੰ ਉਹਦੇ ਗਲ ਵਿੱਚ ਟੱਲੀ ਕਿਉਂ ਪਾਈ ਹੈ? ਕਹਿੰਦਾ ਟੱਲੀ ਇਸ ਲਈ ਪਾਈ ਹੈ ਤਾਂ ਕਿ ਜੇ ਖਲੋ ਜਾਵੇ ਜਦੋਂ ਇਹ ਚੱਲਦਾ ਹੈ ਤਾਂ ਉਹ ਟੱਲੀ ਹਿਲਦੀ ਹੈ, ਖੜਕਾ ਹੁੰਦਾ, ਮੈਨੂੰ ਪਤਾ ਲੱਗ ਜਾਂਦਾ, ਮੈਂ ਭਾਵੇਂ ਦੂਜੇ ਕਮਰੇ ਵਿੱਚ ਬੈਠਾ ਹੋਵਾਂ ਪਤਾ ਲੱਗ ਜਾਂਦਾ ਵੀ ਬਲਦ ਖਲੋ ਗਿਆ। ਉਹ ਫਿਰ ਜਦੋਂ ਟੱਲੀ ਬੰਦ ਹੋ ਜਾਂਦੀ ਹੈ ਮੈਨੂੰ ਪਤਾ ਲੱਗ ਜਾਂਦਾ, ਚੱਲਦੇ ਦੀ ਟੱਲੀ ਖੜਕਦੀ ਰਹਿੰਦੀ। ਉਦਯੋਗ ਲਿਖਣ ਵਾਲੇ ਨੇ ਆਖਿਆ, ਕਹਿੰਦਾ ਹੋਇਆ ਕਿ ਵੀ ਗਿਆਨੀ ਨੇ ਪੁੱਛਿਆ ਵੀ ਜੇ ਖਲੋਤਾ ਹੀ ਬਲਦ ਹੈ ਸਿਰ ਹਿਲਾਈ ਜਾਏ ਅਤੇ ਟੱਲੀ ਖੜਕਦੀ ਰਹੇ ਫਿਰ ਤੇਰਾ ਕੀ ਬਣੇ? ਉਹ ਕਹਿੰਦਾ ਨਹੀਂ ਤੇਰੇ ਵਰਗਾ ਗਿਆਨੀ ਨਹੀਂ, ਜੇ ਗਿਆਨਵਾਨ ਹੁੰਦਾ ਤਾਂ ਮੈਨੂੰ ਉਹ ਖੋਪੇ ਚੜ੍ਹਾਉਣ ਦੀ, ਮੈਨੂੰ ਆ ਟੱਲੀ ਬਣਨ ਦੀ ਲੋੜ ਹੀ ਨਾ ਪੈਂਦੀ, ਮੈਂ ਬਣ ਹੀ ਨਹੀਂ ਸਕਦਾ। ਇਹ ਇਹਦੀ ਅਗਿਆਨਤਾ ਵੇਖ ਕੇ ਹੀ ਮੈਨੂੰ ਚਾਂਸ ਮਿਲਿਆ ਹੈ, ਮੈਂ ਇਹਦੇ ਖੋਪੇ ਲਾ ਦਿਆਂ, ਇਹਦੇ ਟੱਲੀ ਬਣ ਦਿਆਂ, ਇਹਨੂੰ ਇਹੋ ਜਿਹਾ ਭਰਮ ਭੁਲੇਖੇ ਵਿੱਚ ਪਾਵਾਂ ਕਿ ਮੈਂ ਕੋਲ ਹੋਵਾਂ ਨਾ ਹੋਵਾਂ ਆਪਣੀ ਚਾਲੇ ਚੱਲਦਾ ਰਹੇ। ਗੁਰੂ ਨੇ ਬਾਣੀ ਅੰਦਰ ਇਸ ਗੱਲ ਦਾ ਭਾਵੇਂ ਨਾ ਲਫ਼ਜ਼ਾਂ 'ਚ ਨਹੀਂ ਬੜੇ ਖੂਬਸੂਰਤ ਢੰਗ ਨਾਲ ਜ਼ਿਕਰ ਕੀਤਾ ਅਤੇ ਕਹਿਣ ਲੱਗੇ ਧਾਵਤ ਕੋ ਧਾਵੇ ਬਹੁ ਭਾਤੀ। ਕਹਿਣ ਲੱਗੇ ਇਸੇ ਤਰ੍ਹਾਂ ਅਗਿਆਨਤਾ ਵਸ ਮਨੁੱਖ ਜੀਵਨ ਦੀ ਚਾਲ ਦਿਨ ਰਾਤ ਦੌੜਿਆ ਫਿਰਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਸੁੱਕੇ ਹੇਤ ਬਹੁਤ ਦੁੱਖ ਪਾਵਤ, ਲੋਭ ਗ੍ਰਸਿਓ ਦਸਵੋਂ ਦਿਸ ਧਾਵਤ। ਐਸਾ ਲਾਗੀ ਦਿਨ ਰਾਤ ਦੌੜਿਆ ਫਿਰਦਾ ਪਰ ਇਹਦੇ ਪੱਲੇ ਇਹ ਕੁਛ ਨਹੀਂ ਪੈਂਦਾ, ਪਤਾ ਇਸ ਨੂੰ ਲੱਗਦਾ ਹੀ ਨਹੀਂ ਕਿ ਮੈਨੂੰ ਪ੍ਰਾਪਤੀ ਕੀ। ਸਤਿਗੁਰੂ ਕਹਿੰਦੇ ਧਾਵਤ ਕੋ ਧਾਵੇ ਬਹੁ ਭਾਤੀ,
ਸਾਵਤ ਕੋ ਧਾਵੈ ਭਉ ਭਾਤੀ ਜੋ ਤੇਲੀ ਬਲਦ ਭਰਵਾਇਓ। ਜਿਵੇਂ ਤੇਲੀ ਨੇ ਬਲਦ ਨੂੰ ਭਰਮਾਂ ਵਿੱਚ ਪਾ ਕੇ ਭਰਮਾ ਕੇ ਅਗਿਆਨਤਾ ਵਾਲਾ ਵੇਖ ਕੇ ਉਹਦਾ ਨਜਾਇਜ਼ ਫਾਇਦਾ ਉਠਾਇਆ, ਇਸੇ ਤਰ੍ਹਾਂ ਮਨ ਨੂੰ ਆਸਾ ਅਤੇ ਤ੍ਰਿਸ਼ਨਾ ਨੇ, ਆਸਾ ਅਤੇ ਚਿੰਤਾ ਨੇ, ਆਸਾ ਅਤੇ ਅੰਦੇਸ਼ੇ ਨੇ ਤੇਰੇ ਜੀਵਨ ਵਿੱਚ ਇੱਕ ਭਰਮ ਖੜਾ ਕਰ ਦਿੱਤਾ। ਉਹ ਕੱਢਣ ਦੀ ਲੋੜ ਸੀ। ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ, ਕਹਿਣ ਲੱਗੇ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ। ਤੇ ਉਸ ਬਾਣ ਨਾਲ ਹੋਇਆ ਕਿ ਮੇਰੇ ਹਿਰਦੇ ਮੇਰੇ ਹਿਰਦੇ ਸੁਧ ਬੁੱਧ ਵਿਸਰ ਗਏ, ਮਨ ਆਸਾ ਚਿੰਤ ਵਿਸਾਰਿਆ। ਉਹ ਆਸਾ ਤੇ ਤ੍ਰਿਸ਼ਨਾ ਜਿਹੜੀ ਹਰ ਗ੍ਰਿਸ਼ਤੀ ਦੇ ਸਾਹਮਣੇ ਖੜੀ ਹੈ, ਗੁਰੂ ਨੇ ਬਾਣੀ ਵਿੱਚ ਆਖਿਆ ਗ੍ਰਿਸ਼ਤ ਮੈਂ ਚਿੰਤ ਉਦਾਸ ਅਹੰਕਾਰ। ਆਸਾ ਤੇ ਚਿੰਤਾ ਜਿਹਨੂੰ ਆਪਾਂ ਦੂਸਰੇ ਲਫ਼ਜ਼ਾਂ ਵਿੱਚ ਕਹਿੰਦੇ ਹਾਂ ਆਸਾ ਤੇ ਅੰਦੇਸ਼ਾ, ਅੰਦੇਸ਼ਾ ਵੀ ਫਿਕਰ ਨੂੰ ਚਿੰਤਾ ਨੂੰ ਆਖਦੇ ਨੇ। ਗ੍ਰਿਸ਼ਤੀ ਇਹ ਦੋ ਚੀਜ਼ਾਂ ਵਿੱਚ ਘਿਰਿਆ ਹੋਇਆ ਹੈ, ਕੁਝ ਪ੍ਰਾਪਤ ਕਰ ਲਵਾਂ ਇਸ ਲਈ ਦਿਨ ਰਾਤ ਦੌੜ ਰਿਹਾ ਹੈ, ਕੁਝ ਪ੍ਰਾਪਤ ਕਰ ਲਵਾਂ, ਕੁਝ ਹੋਰ ਦਾ ਲਫ਼ਜ਼ ਬੜਾ ਭਿਆਨਕ ਸੀ, ਖਤਰਨਾਕ ਸੀ। ਲੋਭ ਕਿਸੇ ਚੀਜ਼ ਦੀ ਪ੍ਰਾਪਤੀ ਵਿੱਚ ਨਹੀਂ, ਲੋਭ ਇੱਕ ਖਿਆਲ ਵਿੱਚ ਹੈ, ਇੱਕ ਤ੍ਰਿਸ਼ਨਾ ਵਿੱਚ ਹੈ। ਜਦੋਂ ਉਹ ਆਖਦਾ ਹੈ ਕੁਛ ਹੋਰ ਜਿਹੜਾ ਮਿਲ ਗਿਆ ਉਹ ਤਾਂ ਹੈ ਕੁਝ ਹੋਰ, ਤੇ ਦੌੜ ਇਸੇ ਨੂੰ ਕਹਿੰਦੇ ਨੇ। ਜੇ ਦੌੜ ਰੁਕ ਜਾਏ ਕੁਝ ਹੋਰ ਦੀ ਗੱਲ ਦਿਮਾਗ ਵਿੱਚੋਂ ਖਤਮ, ਲੋਭ ਨਹੀਂ ਰਹਿੰਦਾ। ਗੁਰੂ ਕਹਿੰਦੇ ਨੇ ਧਾਵਤ ਕੋ ਧਾਵੈ ਬੋ ਬਹਾਤੀ ਜਿਉਂ ਤੇਲੀ ਬਲਦ ਭਰਮਾਇਓ। ਇਸੇ ਤਰ੍ਹਾਂ ਆਸਾ ਅਤੇ ਅੰਦੇਸ਼ਾ ਨੇ ਗ੍ਰਿਸ਼ਤੀ ਦੇ ਮਨੁੱਖ ਦੇ ਜੀਵਨ ਨੂੰ ਭਰਮਾ ਛੱਡਿਆ, ਦਿਨ ਰਾਤ ਦੌੜਿਆ ਫਿਰਦਾ ਹੈ, ਬਲਕਿ ਧਰਮ ਦੇ ਨਾਮ 'ਤੇ ਵੀ ਦੌੜਿਆ ਫਿਰਦਾ ਹੈ, ਉੱਥੇ ਵੀ ਟਿਕਾਓ ਨਹੀਂ। ਅਤੇ ਗੁਰੂ ਨੇ ਬਾਣੀ ਵਿੱਚ ਆਖਿਆ ਉਸ ਆਸਾ ਅੰਦੇਸ਼ਾ ਅਤੇ ਉਸ ਜਿਹੜੀਆਂ ਚੀਜ਼ਾਂ ਉਸਨੇ ਖਰਾਬ ਬਰਬਾਦ ਕੀਤੀਆਂ ਸਨ, ਸੁਣਨਾ ਦੇਖਣਾ, ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮੈਂ ਸਮਝਾਇਆ ਕਿ ਮਿੱਥਿਆ ਸਰਵਨ ਪਰ ਨਿੰਦਾ ਸੁਣੇ, ਮਿੱਥਿਆ ਹਸਤ ਪਰ ਦਰਬ ਕੋ ਹਿਰੈ, ਮਿੱਥਿਆ ਨੇਤਰ ਪੇਖਤ ਪਰ ਤਿਰਿਆ ਰੋਪਾਦ, ਮਿੱਥਿਆ ਰਸਨਾ ਭੋਜਨ ਅਨਸਵਾਦ, ਮਿੱਥਿਆ ਚਰਨ ਪਰ ਵਿਕਾਰ ਕੋ ਧਾਵੈ। ਜਿਹੜੇ ਚਰਨ ਭਾਵ ਉਹ ਵੀ ਜਦੋਂ ਵਿਕਾਰਾਂ ਵੱਲ ਜਾਂਦੇ ਨੇ ਤਾਂ ਮਿੱਥਿਆ ਹੋ ਜਾਂਦੇ ਨੇ, ਮੈਨੂੰ ਵੱਢਣੇ ਪੈਂਦੇ ਨੇ, ਕੱਟਣੇ ਪੈਂਦੇ ਨੇ, ਪਿੰਗਲਾ ਕਰਨਾ ਪੈਂਦਾ। ਕਹਿੰਦੇ ਮਿੱਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿੱਥਿਆ ਮਨ ਪਰ ਲੋਭ ਲੁਭਾਵੈ, ਮਿੱਥਿਆ ਤਨ ਨਹੀਂ ਪਰ ਉਪਕਾਰਾ, ਮਿੱਥਿਆ ਬਾਸ ਲੇਤ ਬੇਕਾਰਾ। ਅਗਲੀ ਲਾਈਨ ਵਿੱਚ ਸਪਸ਼ਟ ਕਰ ਦਿੱਤਾ, ਬਿਨ ਬੂਝੇ ਮਿੱਥਿਆ ਸਭ ਭੈ, ਸਾਰਾ ਕੁਛ ਬਰਬਾਦ ਹੋ ਗਿਆ। ਅਤੇ ਗੁਰੂ ਕਹਿੰਦੇ ਨੇ ਨਤੀਜਾ ਇਹ ਨਿਕਲਿਆ, ਮੈਂ ਆਖਿਆ ਇਸ ਬਿਮਾਰ ਮਾਨਸਿਕਤਾ ਨੂੰ, ਇਸ ਬਿਮਾਰ ਅੰਗਾਂ ਨੂੰ, ਬਿਮਾਰ ਇੰਦਰੀਆਂ ਨੂੰ ਲਾ ਦੇਣਾ ਹੀ ਚੰਗਾ ਹੈ। ਸਤਿਗੁਰ ਬਾਣੀ ਵਿੱਚ ਆਖਿਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ, ਨੈਣ ਨਾ ਦੇਖੇ ਸਾਧ ਸੇ ਨੈਣ ਬਹਾ ਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾ ਲਿਆ। ਕਰਨ ਮੁੰਦ ਘਾ ਲਿਆ, ਬਹਿਰਾ ਕਰ ਦੇਣਾ, ਕੰਨ ਬੰਦ ਕਰ ਦੇਣੇ। ਮੁੰਦ ਕਹਿੰਦੇ ਨੇ ਬੰਦ ਕਰਨ ਨੂੰ, ਆਪਾਂ ਆਪਣੀ ਪੰਜਾਬੀ ਬੋਲੀ, ਕਿਸੇ ਚੀਜ਼ ਨੂੰ ਮੁੰਦ ਦੇਣਾ, ਬੰਦ ਕਰ ਦੇਣਾ। ਕਰਨ ਨਾ ਸੁਨੇਹੀ ਨਾਦ ਕਰਨ ਮੁੰਦ ਘਾ ਲਿਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ, ਹਰ ਹਾਂ ਜਪ ਗੋਬਿੰਦ ਬਿਸਰੇ ਗੋਬਿੰਦ ਰਾਏ ਦਿਨੋ ਦਿਨ ਘਟੀਏ। ਆਪਣਾ ਕੰਮ ਛੱਡ ਗਏ,
ਜਿਹੜੀ ਚੀਜ਼ ਕੰਮ ਛੱਡ ਜਾਏ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਦੁੱਧ ਬਿਨ ਦੇਣ, ਜੇ ਗਊ ਦੁੱਧ ਨਾ ਦੇਵੇ ਮਾਲਕ ਨੂੰ ਪਤਾ ਲੱਗ ਜਾਏ ਵੀ ਹੁਣ ਇਸਨੇ ਦੁੱਧ ਦੇਣਾ ਹੀ ਨਹੀਂ ਤਾਂ ਉਹਨੂੰ ਪੱਠੇ ਕਿਉਂ ਪਾਏਗਾ, ਕਿਉਂ ਸੰਭਾਲੇਗਾ। ਦੁੱਧ ਬਿਨ ਵਹਿਣ ਪੰਖ ਬਿਨ ਪੰਖੀ, ਜੇ ਪੰਖੀ ਦੇ ਖੰਭ ਟੁੱਟ ਜਾਣ ਕਾਹਦਾ ਪੰਖੀ, ਜਲ ਬਿਨ ਉਹ 'ਚ ਕੋਈ ਕੰਮ ਨਹੀਂ। ਜੇ ਪਾਣੀ ਤਲਾਬ ਵਿੱਚੋਂ ਖਤਮ ਹੋ ਜਾਏ ਮੱਛੀਆਂ ਕਿਵੇਂ ਜਿਉਂਦੀਆਂ ਰਹਿਣ। ਕਿਆ ਸੁਲਤਾਨ ਸਲਾਮ ਵਿਹੂਣਾ, ਜਿਸ ਸੁਲਤਾਨ ਨੂੰ ਬਾਦਸ਼ਾਹ ਨੂੰ ਰਾਜੇ ਨੂੰ ਕੋਈ ਸਲਾਮ ਕਰਨ ਵਾਲਾ ਹੀ ਨਾ ਹੋਵੇ ਉਹ ਕਾਹਦਾ ਰਾਜਾ। ਵਿਅਰਥ ਹੋ ਗਈ ਨਾ ਸਾਰੀ ਚੀਜ਼। ਸਤਿਗੁਰੂ ਨੇ ਆਖਿਆ, ਕਹਿਣ ਲੱਗੇ ਤੈਨੂੰ ਵੀ ਇੰਨੇ ਅੰਗ ਇੱਕ ਰਹਿਮਤ ਵਜੋਂ ਮਿਲੇ ਸਨ, ਪਰ ਹੋਇਆ ਕਿ ਬਿਨ ਬੂਝੇ ਮਿਥਿਆ ਸਭ ਪੈ। ਅਤੇ ਮੈਂ ਸੋਚਿਆ ਇਹ ਮਿਥਿਆ ਜਿਹੜੇ ਐਵੇਂ ਬੇਕਾਰਾਂ ਵੱਲ ਤੁਰੇ ਫਿਰਦੇ ਨੇ ਚਰਨ, ਮਿਥਿਆ ਚਰਨ ਪਰ ਬੇਕਾਰਕ ਉਹ ਧਾਵੈ, ਇਹਨੂੰ ਪਿੰਗਲਾ ਕਰਦਿਆਂ ਇਹਨੂੰ ਪਿੰਗਲਾ ਕਰਦਿਆਂ। ਮੈਂ ਹੈਰਾਨ ਹੋਇਆ, ਸਵਾਮੀ ਰਾਮਾਨੰਦ ਜੀ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਇੱਕੋ ਸ਼ਬਦ ਹੈ ਸਵਾਮੀ ਰਾਮਾਨੰਦ ਜੀ ਦਾ। ਉਹਦੇ ਵਿੱਚ ਉਹਨੇ ਇਹੋ ਹੀ ਲਫ਼ਜ਼ ਵਰਤੇ ਨੇ, ਕਹਿੰਦੇ ਕੱਤ ਜਾਈਏ ਰੇ ਕੱਤ ਜਾਈਏ ਰੇ ਕਰ ਲਾਗੋ ਰੰਗ। ਬਸ ਮੇਰੇ ਪੈਰ ਹੁਣ ਚੱਲਦੇ ਨੇ, ਕਿਉਂ ਨਹੀਂ ਚੱਲਦੇ? ਮੇਰਾ ਚਿੱਤ ਨਾ ਚੱਲੇ ਮਨ ਭਾਇਓ ਪੰਗ। ਪੰਗ ਦਾ ਅਰਥ ਕੀ ਹੈ? ਪਿੰਗਲਾ, ਅਫਾਸ, ਜਿਹੜਾ ਤੁਰ ਫਿਰ ਨਾ ਸਕਦਾ ਹੋਵੇ, ਜਿਹੜਾ ਕੁਝ ਕਰ ਨਾ ਸਕਦਾ ਹੋਵੇ। ਕਹਿੰਦੇ ਨੇ ਸਵਾਮੀ ਰਮਨ ਜੀ ਕਿ ਮੇਰੇ ਜੀਵਨ ਦੀ ਅਵਸਥਾ ਇਹ ਹੋ ਗਈ, ਮਨ ਪਿੰਗਲਾ ਹੋ ਗਿਆ। ਜਿਹੜਾ ਦਿਨ ਰਾਤ ਦੌੜਿਆ ਫਿਰਦਾ ਸੀ ਬਿਨਾਂ ਜਹਾਜ਼ਾਂ ਤੋਂ ਬਿਨਾਂ ਕਾਰਾਂ ਤੋਂ, ਇੱਕ ਪਲ ਵੀ ਘਰ ਇੱਕ ਥਾਂ 'ਤੇ ਨਹੀਂ ਸੀ ਟਿਕਦਾ, ਮਨ ਨਾ ਰਹੇ। ਉਹ ਕਿਵੇਂ ਟਿਕ ਗਿਆ? ਕਿਉਂਕਿ ਪਿੰਗਲਾ ਹੋ ਗਿਆ, ਮਨ ਨਾ ਰਹੇ। ਮਨ ਟਿਕਦਾ ਨਹੀਂ ਸੀ, ਪਰ ਹੁਣ ਕੀ ਹੋਇਆ? ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ, ਮਨ ਪਿੰਗਲਾ ਹੋ ਗਿਆ। ਕਹਿਣ ਲੱਗੇ ਮੈਨੂੰ ਪਤਾ ਕਿਵੇਂ ਲੱਗਿਆ ਵੀ ਮਨ ਪਿੰਗਲਾ ਹੋ ਗਿਆ? ਕਹਿਣ ਲੱਗੇ ਇੱਕ ਦਿਵਸ ਮਨ ਭਈ ਉਮੰਗ, ਇੱਕ ਦਿਨ ਮੇਰੇ ਮਨ ਅੰਦਰ ਇੱਕ ਚਾਅ ਪੈਦਾ ਹੋਇਆ, ਉਮੰਗ ਪੈਦਾ ਹੋਈ ਕਿ ਮੈਂ ਵੀ ਭਗਵਾਨ ਦੇ ਦਰ 'ਤੇ ਪਹੁੰਚ ਕੇ, ਬ੍ਰਹਮ ਦੇ ਦਰ 'ਤੇ ਪਹੁੰਚ ਕੇ ਉਹਦੀ ਪੂਜਾ ਕਰਾਂ। ਇੱਕ ਦਿਵਸ ਮਨ ਭਈ ਉਮੰਗ, ਮੈਂ ਥਾਲ ਲੈ ਲਿਆ, ਉਸ ਵਿੱਚ ਚੰਦਨ ਕੇਸਰ ਆਦਿਕ ਸਮੱਗਰੀ ਰੱਖ ਲਈ, ਦੀਵੇ ਦੀਪਕ ਬਾਲ ਲਏ ਅਤੇ ਲੈ ਕੇ ਤੁਰ ਪਿਆ। ਦਰਵਾਜ਼ਿਓਂ ਨਿਕਲੇ ਇਸਾਂ ਅਤੇ ਅੱਗੋਂ ਗੁਰੂ ਮਿਲਿਆ। ਉਹਨੇ ਆਖਿਆ ਰਾਮਾਨੰਦ ਕਿੱਧਰ ਚੱਲਿਆ? ਮੈਂ ਆਖਿਆ ਜੀ ਬ੍ਰਹਮ ਦੀ ਪੂਜਾ ਕਰਨ ਵਾਸਤੇ। ਫਿਰ ਉਹਨੇ ਪੁੱਛਿਆ ਕਿੱਧਰ ਚੱਲਿਆ? ਮੈਂ ਆਖਿਆ ਜੀ ਬ੍ਰਹਮ ਦੀ। ਉਹ ਕਹਿਣ ਲੱਗਾ ਮੈਨੂੰ ਪਤਾ ਹੈ ਤੂੰ ਬ੍ਰਹਮ ਦੀ ਪੂਜਾ ਕਰਨ ਚੱਲਿਆ, ਪਰ ਚੱਲਿਆ ਕਿੱਥੇ ਹੈ? ਬ੍ਰਹਮ ਤਾਂ ਤੇਰੇ ਅੰਦਰ ਹੈ, ਮੈਂ ਇਹ ਪੁੱਛਣਾ ਤੂੰ ਜਾ ਕਿੱਥੇ ਰਿਹਾ? ਇੱਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਸੋ ਬ੍ਰਹਮ ਬਤਾਇਓ ਗੁਰਮਣ ਹੀ ਮਾਹੇ। ਗੁਰੂ ਨੇ ਮੈਨੂੰ ਉਹ ਬ੍ਰਹਮ ਅੰਦਰ ਦਿਖਾ ਦਿੱਤਾ, ਹੁਣ ਮੇਰਾ ਚੱਲਣਾ ਬੰਦ ਹੋ ਗਿਆ, ਮਨੋਂ ਮਨ ਪਿੰਗਲਾ ਹੋ ਗਿਆ, ਮਨ ਪਿੰਗਲਾ ਹੋ ਗਿਆ। ਗੁਰੂ ਨੇ ਮੈਨੂੰ ਸਮਝਾ ਦਿੱਤਾ। ਇਹ ਗਿਆਨ ਦਾ ਤੀਰ ਇੱਕ ਐਸਾ ਹੈ, ਗੁਰੂ ਗਿਆਨ ਦੇ ਤੀਰ ਨਾਲ ਪਿੰਗਲਾ ਕਰਦਾ ਹੈ, ਤਲਵਾਰਾਂ ਨਾਲ ਨਹੀਂ, ਤਲਵਾਰਾਂ ਨਾਲ ਨਹੀਂ ਵੱਢਦਾ ਪੈਰ, ਤਲਵਾਰਾਂ ਨਾਲ ਪਿੰਗਲਾ ਨਹੀਂ ਕਰਦਾ, ਗਿਆਨ ਨਾਲ ਪਿੰਗਲਾ ਕਰ ਦਿੰਦਾ ਹੈ, ਤਾਂ ਕਿ ਅੰਦਰ ਦੀ ਦੌੜ ਖਤਮ ਹੋ ਜਾਏ, ਵਿਕਲਪ ਖਤਮ ਹੋ ਜਾਣ। ਕਹਿਣ ਲੱਗੇ ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰਮਣੀ ਮਾਏ।
उन्हें मैनू समझा दिता। जय जाइए जय जाइए तह जल पखा, वो भले जिथे भी जाएगा जा उथे पत्थर है जा उथे पानी है, किते सरोवर बनया होया है, किसे थां ते पत्थरां दियां मूर्तियां पईयां ने, जय जाइए तह जल पखाण, जल ते पखाण दा मतलब पत्थर। पर हे मेरे मालिक मैं जिथे भी जाना हुण मैनू जल ते पत्थर दी पछाण हो गई है, ते मैनू पता लग गया है तू पूर रहो है सब समान, तू हर थां ते बस रहा, मैनू किते जाण दी लोड़ ही नहीं। ते जय जाइए ते जल पखा तू पूर रहो है सब समान, कहन लगे मैं अपने गुरु तो बलिहार जाना कुर्बान जाना, जिन्हें मेरे ओ बोल जड़े झूठ ते निर्भर सन गूंगे कर दिते, मैं अपने गुरु तो कुर्बान, जड़ी सुरत मेरी रब वालों टुट के दूजे पासे जुड़ी हुई सी उन्हों बावरा कर दिता है, मैं गुरु तो कुर्बान हाँ जिन्हें झूठ सुन वाले वो कान मेरे बहरे कर दिते ने, मैं अपने सतगुरु तो बलिहार हाँ कुर्बान हाँ जिहड़े दुबदा दुचित्ती ते दुरमत वाले पासे जाण वाले मेरे पैर पिंगले कर दिते ने, उन्हें मेरे सारे बिकल शकल सारे कट दिते ने, सतगुरु मैं बलिहारी तो मैं ते तो कुर्बान हाँ, जिन सकल बिकल भरम काटे मोर, जिन्हें मेरे सारे भरमां दे ए बिकल जड़े सन ए कट दिते ने। रामानंद स्वामी रमत ब्रह्म, हुण मैं केवल ब्रह्म नूं केवल अकाल पुरख नूं रमदा हाँ, भाव उस नूं चेतनता विच लिआउणा, मैनूं किते दौड़न दी किते जाण दी लोड़ नहीं पई, पर यह सब कुछ होया कदों जदों मेरे सतगुरु ने मैनूं ज्ञान दा तीर मारिया। एहो गल बाबा कबीर जी ने आखी ते कहन लगी, गूंगा हुआ बावला कबीर, गूंगा हुआ बावरा बहरा हुआ बहरा बैठा सी मनुख रब वल्लों दित्ती हुई ते जिस बर्तन नूं खाली कर चुका सी, बोली विच सच नहीं सी रहा, सरवना विच सच सुनन दी शक्ति नहीं सी रही, बर्दाश्त ही नहीं सी करदे कान किसे कोलों सच सुन के, सतगुरु ने बाणी विच एवें नहीं आख्या, जे को बोले सच
ਕੂੜਾ ਜਲ ਜਾਵੇ। ਜਿਹਨੂੰ ਸੱਚ ਸੁਣਨ ਦੀ ਆਦਤ ਨਾ ਰਵੇ ਕੰਨਾਂ ਨੂੰ, ਜੇ ਕੋਈ ਸੱਚ ਬੋਲਣ ਵਾਲਾ ਉਹਦੇ ਸਾਹਮਣੇ ਹੋਵੇ ਉਹ ਬਰਦਾਸ਼ਤ ਹੀ ਨਹੀਂ ਕਰਦਾ। ਕਹਿਣ ਲੱਗੇ, ਇਸ ਨਾਲੋਂ ਤਾਂ ਚੰਗਾ ਸੀ ਇਹ ਸਰਵਣ ਬਹਿਰੇ ਹੀ ਹੋ ਜਾਂਦੇ। ਪਰ ਗੁਰੂ ਨੇ ਗਿਆਨ ਦਾ ਇਹੋ ਜਿਹਾ ਤੀਰ ਮਾਰਿਆ ਕਿ ਮੇਰੇ ਉਹ ਕੰਨ ਜਿਹੜੇ ਝੂਠ ਸੁਣਦੇ ਸਨ ਉਹ ਬਹਿਰੇ ਹੋ ਗਏ, ਉਹ ਜ਼ਬਾਨ ਜਿਹੜੀ ਝੂਠ ਬੋਲਦੀ ਸੀ ਉਹ ਗੂੰਗੀ ਹੋ ਗਈ, ਜਿਹੜੀ ਸੁਰਤ ਝੂਠ ਦੇ ਗ੍ਰਸੀ ਹੋਈ ਸੀ ਉਹ ਸੁਰਤ ਬਾਂਵਰੀ ਹੋ ਗਈ। ਅਤੇ ਹੁਣ ਤਾਂ ਜਿਹੜੇ ਝੂਠੀਆਂ ਅਤੇ ਕੂੜੀਆਂ ਥਾਵਾਂ ਵੱਲ ਦੌੜਦੇ ਸਨ, ਕੁਸੰਗਤ ਵੱਲ, ਕਲੱਬਾਂ ਵੱਲ ਦੌੜਦੇ ਸਨ, ਪੈਰ ਉਹ ਪਿੰਗਲੇ ਵੀ ਹੋ ਗਏ। ਮੈਨੂੰ ਕਿਸੇ ਵੀ ਮਨਮਤ ਭਰਮ ਵਿੱਚ, ਕਰਮ ਕਾਂਡ ਵਿੱਚ, ਬ੍ਰਹਮ ਦੇ ਰਾਸਤੇ ਵੀ ਤੁਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਮੈਨੂੰ ਗੁਰਬ੍ਰਹਮ ਦਿਖਾਇਓ, ਸਤਿਗੁਰੂ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਬ੍ਰਹਮ ਕਾਟੇ ਮੋਰ। ਉਹ ਨਤੀਜਾ ਇਹ ਹੋਇਆ, ਮੇਰੇ ਮਾਲਕ ਨੇ ਬ੍ਰਹਮ ਮੈਨੂੰ ਅੰਦਰ ਦਿਖਾ ਦਿੱਤਾ। ਗੁਰੂ ਦਾ ਬਖਸ਼ਿਆ ਹੋਇਆ ਗਿਆਨ ਇਹੋ ਹੀ ਹੈ ਅਤੇ ਕਿ ਮਨੁੱਖ ਦੀ ਭਟਕਣਾ ਖਤਮ ਹੋ ਜਾਏ, ਗੁਰੂ ਨਾਲ ਜੁੜ ਕੇ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੋ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।